ਗੁਰਮੀਲ ਸਿੰਘ ਕੁਮਾਨ ਦਾ ਨੋਵਲ ਜਿਉਂਦੇ ਜੀ ਗੰਗਾ ਫੁੱਲ ਦਾ 8ਵਾਂ ਕਾਠ ਹਾੜ ਦਾ ਮਹੀਨਾ ਗਰਮੀ ਪੂਰੀ ਜ਼ੋਰਾਂ ਤੇ ਸੀ ਪਰ ਅੱਜ ਮੂੰਹ ਨੇ ਰੇਤ ਤੇਜ਼ ਪੂਰੇ ਦੀ ਹਵਾ ਚੱਲੀ ਥੋੜੀ ਜੀ ਕਿੰਮਣ ਵੀ ਹੋ ਚੁੱਕੀ ਸੀ ਮੌਸਮ ਕੁਝ ਖੁਸ਼ਗਵਾਰ ਹੋ ਗਿਆ ਸੀ ਗਰਮੀ ਤੋਂ ਰਾਹਤ ਮਹਿਸੂਸ ਹੋ ਰਹੀ ਸੀ ਹੁਣ ਦਿਨ ਚੜਦਿਆਂ ਹੀ ਜੈਲਾ ਤੇ ਕੁਦਾ ਇਕੱਠੇ ਹੋ ਕੇ ਪਿੰਡ ਦਾ ਦਰਵਾਜ਼ਾ ਲੰਘ ਕੇ ਅੰਦਰ ਨਾਇਬ ਸਿੰਘ ਨੰਬਰਦਾਰ ਦੇ ਘਰ ਮੂਰੀ ਪਹੁੰਚ ਕੇ ਬੂਹਾ ਖੜਕਾਇਆ ਅੰਦਰੋਂ ਨੰਬਰਦਾਰ ਦੀ ਘਰ ਵਾਲੀ ਬਸੰਤ ਕੌਰ ਬੋਲੀ ਆਉਨੀਆ ਭਾਈ ਖੋਲ ਦਿਆਂ ਕਿਉਂਕਿ ਦੋਵੇਂ ਜੀ ਪਹਿਲਾਂ ਹੀ ਸੀਰੀ ਤੇ ਪਾਲੀ ਦੀ ਉਡੀਕ ਕਰੀ ਜਾ ਰਹੇ ਸੀ ਬੂਹਾ ਖੁੱਲਦਿਆਂ ਹੀ ਸਾਹਮਣੇ ਨੰਬਰਦਾਰਨੀ ਨੂੰ ਵੇਖ ਕੇ ਦੋਵੇਂ ਇਕੱਠੇ ਬੋਲੇ ਮੱਥਾ ਟੇਕਦਾਂ ਚਾਚੀ ਜਿਉਂਦੇ ਰਹੋ ਵੇ ਮੁੰਡਿਓ ਆਜੋ ਅੰਦਰ ਲੰਘ ਜੋ ਨੰਬਰਦਾਰਨੀ ਨੇ ਜਵਾਬ ਦਿੱਤਾ ਅੰਦਰ ਵੇੜੇ 'ਚ ਮੰंजे ਤੇ ਨੰਬਰਦਾਰ ਬੈਠਾ ਚਾਹ ਪੀ ਰਿਹਾ ਸੀ ਇੱਕ ਪਾਸੇ ਨੰਬਰਦਾਰ ਦੇ ਅੱਗੜ-ਪਿਛੜ ਦੇ ਦੋ ਛੋਟੀ ਉਮਰ ਦੇ ਮੁੰਡੇ ਖੇਡੀ ਜਾ ਰਹੇ ਸੀ ਨੰਬਰਦਾਰ ਦੇ ਨੇੜੇ ਜਾ ਕੇ ਦੋਵੇਂ ਬੋਲੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਗੋ ਨੰਬਰਦਾਰ ਨੇ ਜਵਾਬ ਦਿੱਤਾ ਕੁdde ਨੇ ਆਪਣਾ ਹੱਥ ਵਿਚ ਲਾ ਪਿੱਤਲ ਦਾ ਗਲਾਸ ਵੇੜੇ ਚ ਇੱਕ ਖੁੰਝੇ ਲੱਗੀ ਕੁੱਤਰੇ ਵਾਲੀ ਮਸ਼ੀਨ ਕੋਲ ਕੰਦ ਚ ਬਣੇ ਆਲੇ ਚ ਰੱਖਣਾ ਚਾਹਿਆ ਜਿੱਥੇ ਮਸ਼ੀਨ ਦੇ ਟੋਕੇ ਤਿੱਖੇ ਕਰਨ ਵਾਲਾ ਰੇਤ ਰੱਖਿਆ ਹੋਇਆ ਸੀ ਕੁdde ਵਾਲ ਨੰਬਰਦਾਰ ਨੇ ਬਸੰਤ ਕੁਰ ਵੇਖ ਕੇ ਬੋਲੀ ਵੇ ਕੁਦਿਆ ਲੇ ਬਲਨ ਚਾਹ ਪੀ ਲਿਆ ਫੇਰ ਰੱਖ ਦੀ ਇਹਨੂੰ ਜੈਲਾ ਕੋਈ ਭਾਂਡਾ ਨਹੀਂ ਲਿਆਇਆ ਸੀ ਕਿਉਂਕਿ ਉਹਨੇ ਆਪਣੀ ਚਾਹ ਰੋਟੀ ਆਪਣੇ ਘਰੋਂ ਹੀ ਖਾਣੀ ਸੀ ਜੈਲੇ ਵਾਲ ਵੇਖ ਕੇ ਨੰਬਰਦਾਰ ਨਹੀਂ ਬੋਲੀ ਵੇ ਜੈਲਿਆ ਤੈਨੂੰ ਕਾਦੇ 'ਚ ਚਾਹ ਪਾਵਾਂ ਤੇਰਾ ਭਾਂਡਾ ਤਾਂ ਹੈ ਨਹੀਂ ਅਗੋ ਜੈਲਾ ਉੱਪਰਲੇ ਮਨੂੰ ਬੋਲਿਆ ਰਹਿਣ ਦੇ ਚਾਚੀ ਮੈਂ ਘਰੋਂ ਲੱਸੀ ਪੀ ਕੇ ਆਇਆ ਲੈ ਦੱਸ ਲੱਸੀ ਹੁਣ ਖੜੀ ਹੈ ਕਿਤੇ ਠੰਡੀ ਹਵਾ ਹੈ ਪਹਿਲੇ ਦਿਨ ਸਾਡੇ ਘਰ ਪੈਰ ਪਾਇਆ ਸੁਖ ਨਾਲ ਚਾਹ ਤਾਂ ਪੀਣੀ ਪਊ ਕਿਆ ਬੱਟੀ ਚ ਪਾ ਕੇ ਬੋਲੀ ਲੈ ਫੜ ਜੈ ਲਿਆ ਭਰ ਲੈ ਦੋ ਕੁੱਟਾ ਚਲ ਉਹ ਜਾਣੇ ਬੱਟੀ ਨੂੰ ਅੱਗ ਚ ਪਾ ਕੇ ਮਾਂਝ ਲੂੰਗੀ ਨੰਬਰਦਾਰ ਮੰਜੇ ਤੋਂ ਉਠਿਆ ਤੇ ਬੋਲਿਆ ਜੈ ਲਿਆ ਤੂੰ ਬਲਦਾਂ ਨੂੰ ਪਾਣੀ ਪਿਆ ਕੇ ਗੱਡਾ ਜੋੜ ਲੈ ਕੁੱਦੂ ਤੂੰ ਸਾਰੇ ਡੰਗਰ ਖੋਲ ਲੈ ਗੱਡੇ ਦੇ ਮਗਰ ਲਾ ਲੈ ਤੇ ਬੀੜ ਵਾਲੇ ਰਾਹ ਚੱਲੋ ਮੈਂ ਆਉਣਾ ਮਗਰ ਤੁਹਾਡੇ ਥੋੜੀ ਦੇਰ ਬਾਅਦ ਸਾਰੇ ਖੇਤ ਪਹੁੰਚ ਗਏ ਗੱਡਾ ਡਈਆਂ ਲਾ ਕੇ ਖੜਾ ਕੀਤਾ ਬਲਦਾਂ ਨੂੰ ਜੂਲੇ ਚੋਂ ਬਾਹਰ ਕੱਢ ਦਿੱਤਾ ਉਦਦੇ ਨੇ ਡੰਗਰ ਖੇਤ ਵਿੱਚ ਘਾਹ ਚਰਨ ਲਈ ਖੁੱਲੇ ਛਾੜਤੇ ਨੰਬਰਦਾਰ ਨੇ ਦੋਹਾਂ ਨੂੰ ਆਪਣੇ ਖੇਤ ਦੀਆਂ ਵਟਾਂ ਦੀ ਨਿਸ਼ਾਨਦੇਹੀ ਦੱਸੀ ਤੇ ਜੈਲੇ ਨੂੰ ਇੱਕ ਚਰੀ ਤੇ ਵੱਢ ਚ ਹਲ ਜੋੜਨ ਲਈ ਗਿਆ ਤੇ ਕੁਦੂ ਨੂੰ ਕਿਹਾ ਕੁਦਿਆ ਤੂੰ ਚਰੀ ਵੱਢ ਕੇ ਗੱਡੇ 'ਚ ਰੱਖ ਦੇ ਨਾਲੇ ਡੰਗਰਾਂ ਵੱਲ ਖਿਆਲ ਰੱਖੀਂ ਕਿਸੇ ਦੇ ਖੇਤ 'ਚ ਨਾ ਵੱਢ ਜਾਣਾ ਕੁਦਦੇ ਨੇ ਜਵਾਬ ਦਿੱਤਾ ਠੀਕ ਹੈ ਜੀ ਹੁਣ ਨੰਬਰਦਾਰ ਫੇਰ ਬੋਲਿਆ ਚੰਗਾ ਵੀ ਮੈਂ ਚੱਲਦਾ ਤੁਸੀਂ ਦੁਪਹਿਰੇ ਹਲ ਛੱਡ ਕੇ ਘਰ ਨੂੰ ਆ ਜਿਓ ਜੈਲੇ ਨੇ ਦੁਪਹਿਰ ਹੁੰਦਿਆਂ ਹਲ ਛੱਡ ਦਿੱਤਾ ਕਿਉਂਕਿ 12 ਵਜੇ ਵਾਲੀ ਰੇਲ ਗੱਡੀ ਕੋਕਾ ਮਾਰਦੀ ਧੂਆ ਛੱਡਦੀ ਖੇਤਾਂ 'ਚੋਂ ਲੰਘ ਚੁੱਕੀ ਸੀ ਜੈਲੇ ਨੇ ਗੱਡੇ ਨੂੰ ਪਿੰਡ ਵੱਲ ਤੋਰ ਲਿਆ ਕੁਦੇ ਨੇ ਆਪਣਾ ਮਾਲ ਡੰਗਰ ਗੱਡੇ 'ਮਗਰ ਲਾ ਲਿਆ ਥੋੜੀ ਦੇਰ ਬਾਅਦ ਘਰ ਪਹੁੰਚੇ ਜੈਲੇ ਨੇ ਬਲਦ ਖੁਰਲੀ ਤੇ ਬੰਨੇ ਤੇ ਪੱਠੇ ਪਾਉਣ ਤੋਂ ਬਾਅਦ ਘਰ ਨੂੰ ਚਲਾ ਗਿਆ ਕੁਦੇ ਨੇ ਮੱਝਾਂ ਡੰਗਰ ਖੁਰਲੀਆਂ ਤੇ ਬੰਨੇ ਤੇ ਨਲਕੇ ਤੇ ਹੱਥ ਧੋ ਕੇ ਗਲਾਸ ਪਾਣੀ ਦਾ ਭਰ ਕੇ ਰੋਟੀ ਖਾਣ ਦੀ ਉਡੀਕ ਕਰਨ ਲੱਗਾ ਨੰਬਰਦਾਰ ਨੀ ਬਸੰਤ ਕੁਰ ਨੇ ਤਿੰਨ ਰੋਟੀਆਂ ਤੇ ਕद्दू ਦੀ ਸਬਜ਼ੀ ਰੱਖ ਕੇ ਘੁੱਦੇ ਦੇ ਹੱਥਾਂ ਦੇ ਉੱਪਰੋਂ ਛੱਡੀਆਂ ਜਿਨ੍ਹਾਂ ਨੂੰ ਘੁੱਦੇ ਨੇ ਬੋਝ ਕੇ ਥੱਲੇ ਡਿੱਗਣ ਤੋਂ ਬਚਾ ਲਿਆ ਤੇ ਰੋਟੀ ਖਾਣ ਲੱਗ ਪਿਆ ਜੈਲਾ ਘਰ ਪੁੱਜਿਆ ਉਹਦੀ ਮਾਂ ਬਚਤੀਨ ਚੁੱਲ੍ਹੇ ਕੋਲ ਬੈਠੀ ਰੋਟੀ ਬਣਾਈ ਜਾ ਰਹੀ ਸੀ ਜੈਲੇ ਨੇ ਘਰੋਂ ਮੱਝ ਖੋਲੀ ਤੇ ਬੋੜ ਥੱਲੇ ਖੂਹ ਤੇ ਰੱਸਾ ਮੋਰੇ ਗੱਡੇ ਲੱਕੜ ਦੇ ਕਿੱਲੇ ਨਾਲ ਬੰਨ੍ਹ ਦਿੱਤਾ ਬਾਲਟੀ ਨਾਲ ਮੱਝ ਦੇ ਪਿੰਡੇ ਤੇ ਪਾਣੀ ਪਾਇਆ ਤੇ ਫਿਰ ਆਪਣੇ ਕੱਪੜੇ ਲਾ ਕੇ ਨਹਾਉਣਾ ਸ਼ੁਰੂ ਕਰ ਦਿੱਤਾ ਅੱਜ ਵੇੜੇ ਦੀ ਕਿਸੇ ਹਰੀਜਨ ਕੁੜੀ ਦਾ ਵਿਆਹ ਸੀ ਪਿੰਡ 'ਚ ਹਰੀਜਨ ਵੇੜੇ ਬਰਾਤ ਟੁੱਕੀ ਹੋਈ ਸੀ ਗਰਮੀ ਬਹੁਤ ਸੀ ਕਾਂ ਅੱਖ ਨਿਕਲਦੀ ਸੀ ਸਿਖਰ ਦੁਪਹਿਰ ਕੁਝ ਬਰਾਤੀ ਥਾਈ ਹਰੀਜਨ ਧਰਮਸ਼ਾਲਾ ਅੰਦਰ ਮੰਜਿਆਂ ਤੇ ਬੈਠੇ ਤੇ ਪਏ ਸੀ ਕੁਝ ਥਾਈ ਦੇ ਮੂਹਰੇ ਬਰੋਟੇ ਦੀ ਛਾਂ ਹੇਠ ਮੰਜਿਆਂ ਤੇ ਬੈਠੇ ਦੁਪਹਿਰਾਂ ਢਾਲ ਰਹੇ ਸੀ ਉਨਾਂ ਸਮਿਆਂ ਚ ਆਵਾਜਾਈ ਦੇ ਸਾਧਨ ਘੱਟ ਹੋਣ ਕਰਕੇ ਸੜਕਾਂ ਦੀ ਘਾਟ ਪਿੰਡਾਂ 'ਚ ਕੱਚੇ ਰਾਹੀ ਜਾਣਾ ਆਉਣਾ ਬਹੁਤ ਔਖਾ ਸੀ ਬਰੋਟੇ ਦੀ ਛਾਂ ਥੱਲੇ ਮੰਜੇ ਤੇ ਬੈਠੇ ਕਦਖੜ ਬਰਾਤੀ ਦੀ ਨਿਗਾ ਜੈਲੇ ਤੇ ਪਈ ਜਿਹੜਾ ਖੂਹ ਤੇ ਨਹਾ ਰਿਹਾ ਸੀ ਜੈਲੇ ਦਾ ਸਰੀਰ ਵੇਖ ਕੇ ਉਹ ਬਰਾਤੀ ਮਨ ਹੀ ਮਨ ਖੁਸ਼ ਹੋਇਆ ਤੇ ਆਪਣੀ ਲੜਕੀ ਗੁਲਾਬੋ ਦਾ ਰਿਸ਼ਤਾ ਕਰਨ ਬਾਰੇ ਸੋਚਣ ਲੱਗ ਪਿਆ ਵਿੜੇ ਦੇ ਕੁਝ ਪਰੀਹੇ ਜਿਹੜੇ ਬਰਾਤ ਦੀ ਸੇਵਾ ਚ ਉਥੇ ਘੁੰਮ ਰਹੇ ਸੀ ਉਨਾਂ ਚੋਂ ਇੱਕ ਸਿਆਣੇ ਜਿਹੇ ਬੰਦੇ ਨੂੰ ਆਪਣੇ ਕੋਲ ਬੁਲਾਇਆ ਤੇ ਜੈਲੇ ਬਾਰੇ ਪੁੱਛਣ ਲੱਗ ਪਿਆ। ਉਸ ਆਦਮੀ ਪ੍ਰੀਹੇ ਨੇ ਜੈਲੇ ਬਾਰੇ ਆਖਣਾ ਸ਼ੁਰੂ ਕੀਤਾ। ਭਾਈ ਸਾਹਿਬ ਇਹਦਾ ਪਿਓ ਸਾਲਕ ਪਹਿਲਾਂ ਰੱਬ ਨੂੰ ਪਿਆਰਾ ਹੋ ਗਿਆ। ਹੁਣ ਇੱਕ ਘਰ ਚ ਮਾਂ ਪੁੱਤ ਹੀ ਨੇ। ਹੋਰ ਕੋਈ ਨਹੀਂ। ਹੁਣ ਇਹ ਪਿੰਡ ਦੇ ਲੰਬੜਦਾਰ ਨਾਲ ਸੀਰ ਕਰਦਾ ਹੈ। ਇਹਦਾ ਘਰ ਵੀ ਆ ਮੋੜ-ਮੁੜ ਕੇ ਥਾਈ ਦੇ ਖੁੰਜੇ ਨਾਲ ਹੈ। ਅੱਛਾ ਭਾਈ ਐਨ ਦੱਸ ਜੇ ਤੇਰੇ ਕੋਲ ਟਾਈਮ ਹੈਗਾ ਆਪਾਂ ਹੁਣੇ ਘਰ ਚਲੀਏ। ਮੈਨੂੰ ਥੋੜਾ ਜਿਹਾ ਕੰਮ ਹੈ। ਬਰਾਤੀ ਬੰਦੇ ਨੇ ਵੇੜੇ ਦੇ ਪ੍ਰੀਹੇ ਨੂੰ ਕਿਹਾ ਲੈ ਕੀ ਗੱਲ ਜਦੋਂ ਕਹੇਗਾ ਬਗ ਚੱਲਾਂਗੇ ਜਵਾਬ ਚ ਪ੍ਰੀਹਾ ਬੋਲਿਆ ਸੱਚ ਤੇਰਾ ਨਾਮ ਹੈ ਪੁੱਛਿਆ ਨਹੀਂ ਬਰਾਤੀ ਨੇ ਪ੍ਰੀਹੇ ਅਲ ਮੂੰਹ ਕਰਕੇ ਕਿਹਾ ਮੱਗਰ ਹੈ ਮੇਰਾ ਨਾਮ ਵੇੜੇ ਦੇ ਪ੍ਰੀਹੇ ਬੰਦੇ ਨੇ ਜਵਾਬ ਦਿੱਤਾ ਤੇਰਾ ਨਾਮ ਜਵਾਬ ਚ ਹੁਣ ਮੱਗਰ ਨਹੀਂ ਉਸ ਬਰਾਤੀ ਨੂੰ ਪੁੱਛਿਆ ਮੇਰਾ ਫੱਗਣ ਹੈ ਜਵਾਬ ਵਿੱਚ ਬਰਾਤੀ ਬੰਦਾ ਬੋਲਿਆ ਜਵਾਬ ਸੁਣਦਿਆਂ ਮੱਗਰ ਨੇ ਮੁਖੌਲਚ ਹੱਸ ਕੇ ਕਿਹਾ ਫੇਰ ਤਾਂ ਸਮਝੋ ਮਹੀਨੇ ਕਿ ਪਿੱਛੇ ਤੂੰ ਜੰਮ ਪਿਆ ਗੱਲ ਸੁਣ ਕੇ ਦੋਵੇਂ ਹੱਸਣ ਲੱਗੇ ਤੇ ਦੋਵੇਂ ਇੱਕ ਦੂਜੇ ਦੇ ਨੇੜੇ ਸਮਝਣ ਲੱਗੇ। ਭੇਲੀ ਫੁੱਟੂ ਪੋਰਾ ਮਿਲੂ। ਮੱਗਰ ਪ੍ਰੀਹਾ ਆਪਣੇ ਮਨ 'ਚ ਸੋਚੀ ਜਾ ਰਹੀ ਸੀ ਕਿ ਚਲੋ ਸ਼ਾਇਦ ਬਰਾਤੀ ਫੱਗਣ ਸਿਓ ਦੋ ਘੁੱਟ ਦਾਰੂ ਪਿਆ ਦੂ ਅੱਜ। ਮੱਗਰ ਦੀ ਇਹ ਆਸ ਹੁਣ ਪੂਰੀ ਹੁੰਦੀ ਨਜ਼ਰ ਆਈ। ਬਰਾਤੀ ਫੱਗਣ ਸਿਓ ਬੋਲਿਆ ਆ ਜਾ ਮੱਗਰ ਸਿਆਂ ਪਹਿਲਾਂ ਥੋੜਾ ਜਿਹਾ ਕਰੜਾ ਹੋ ਲਈਏ। ਕੰਮ ਖਾਸਾ ਕਰਨਾ ਹੈ ਫੇਰ ਹੀ ਲੋਟ ਰਹੋ। ਇਹ ਕਹਿ ਕੇ ਦੋਵੇਂ ਅੰਦਰ ਧਰਮਸ਼ਾਲਾ 'ਚ ਜਾਵੜੇ। ਜਿੱਥੇ ਲਾੜੇ ਕੋਲ ਬੈਠੇ ਕੁਝ ਜਾਂਜ ਵਾਲੇ ਬਰਾਤੀ दारू ਪੀ ਰਹੇ ਸੀ ਫਗਣ ਬਰਾਤੀ ਬੋਲਿਆ ਲਿਆਓ ਵੀ ਸਾਨੂੰ ਵੀ ਤੁੰਬਾ ਤੁੰਬਾ ਲਾਓ ਲਵਾ ਦਿਓ ਮੈਂ ਕੰਮ ਜਾਣਾ ਛੇਤੀ ਕਰੋ ਇੱਕ ਬਰਾਤੀ ਨੇ ਦੋ ਗਲਾਸਾਂ ਚ ਸ਼ਰਾਬ ਪਾ ਕੇ ਉਹਨਾਂ ਨੂੰ ਪੀਣ ਲਈ ਦੇ ਦਿੱਤੀ ਉਹਨਾਂ ਨੇ ਗਲਾਸ ਫੜ ਕੇ ਅੱਖਾਂ ਮੀਚੀਆਂ ਤੇ ਧੁਰ-ਤੋੜੀ ਲੈਂਦੇ ਆਂ दारू ਸੜਾਕ ਗਏ ਚੰਗਾ ਵੀ ਆਉਣਾ ਮੈਂ ਫਗਣ ਬਰਾਤੀ ਬੋਲਿਆ ਇਹ ਸੁਣ ਕੇ ਇੱਕ ਹੋਰ ਉੱਥੇ ਬੈਠਾ ਬਰਾਤੀ ਬੋਲਿਆ ਮੁੜਾਈ ਕਿਤੇ ਅਸੀਂ ਭਾਲਦੇ ਨਾ ਫਿਰ ਇਹ ਸੁਣ ਕੇ ਸਾਰੇ ਹੱਸਣ ਲੱਗ ਪਏ ਗੁਆਚਰ ਨੂੰ ਮੈਂ ਦਿੱਲੀ ਜਾਣਾ ਐਵੇਂ ਪੁੱਛੋ ਨਾ ਹਾਕ ਮਾਰਿਓ ਕੰਮ ਖਾਸ ਐ ਫੱਗਣ ਸਿਉ ਬਰਾਤੀ ਨੇ ਜਵਾਬ ਦਿੱਤਾ ਤੇ ਦੋਵੇਂ ਮੱਗਰ ਤੇ ਫੱਗਣ ਧਰਮਸ਼ਾਲਾ ਚੋਂ ਬਾਹਰ ਨਿਕਲ ਕੇ ਨੇੜੇ ਜੈਲੇ ਦੇ ਘਰ ਵੱਲ ਤੁਰੇ ਜਾ ਰਹੇ ਸੀ ਨਿੱਕੀ ਜਿਹੀ ਬੀਹੀ ਚ ਵੜ ਕੇ ਘਰ ਦੇ ਵਿਹੜੇ 'ਚ ਪੈਰ ਧਰਦਿਆਂ ਸਵਾਤ ਅੰਦਰ ਬੈਠੇ ਜੈਲੇ ਨੂੰ ਵੇਖ ਕੇ ਮੱਗਰ ਸਿਉ ਜਿਹੜਾ ਜੈਲੇ ਦਾ ਗਵੰਡੀ ਸੀ ਬੋਲਿਆ ਜੈਲਾ ਸਿਆ ਕਰੇ ਆ ਅੱਗੋ ਜੈਲਾ ਬੋਲਿਆ ਹੋ ਆ ਜਾ ਅੰਦਰ ਜੈਲੇ ਨੇ ਦੂਜਾ ਅਜਨਬੀ ਬੰਦਾ ਵੇਖ ਕੇ ਰੋਟੀ ਵਾਲੇ ਭਾਂਡੇ ਇੱਕ ਪਾਸੇ ਕਰ ਦਿੱਤੇ ਗਲਾਸ 'ਚੋਂ ਦੋ ਘੁੱਟਾ ਪਾਣੀ ਪੀ ਕੇ ਗਲਾਸ ਪਾਸੇ ਰੱਖ ਦਿੱਤਾ ਉਹ ਖਾਲਾ-ਖਾਲਾ ਅਸੀਂ ਤਾਂ ਤੇਰੀ ਰੋਟੀ ਖਰਾਬ ਕਰਤੀ ਮਗਰ ਸਿਉਂ ਪ੍ਰੀਹਾ ਬੋਲਿਆ ਕੋਈ ਨਾ ਰੋਟੀ ਨੂੰ ਕੀ ਆ ਖਾਧੀ ਜਾਊ ਆਪੇ ਜੈਲਾ ਬੋਲਿਆ ਮਗਰ ਸਿਉਂ ਪ੍ਰੀਹੇ ਨਾਲ ਬਰਾਤੀ ਫਗਣ ਸਿਉਂ ਵੱਲ ਵੇਖ ਕੇ ਬੋਲਿਆ ਸਾਸਰੀ ਘਾਲ ਜੀ ਅੱਗੋਂ ਫਗਣ ਸਿਉਂ ਨੇ ਹੱਥ ਜੋੜ ਕੇ ਸਾਸਰੀ ਘਾਲ ਦਾ ਜਵਾਬ ਦਿੱਤਾ ਜੈਲੇ ਨੇ ਦੋਵਾਂ ਨੂੰ ਇਸ਼ਾਰਾ ਕਰਕੇ ਕੋਲ ਪਏ ਮੰਜੇ ਤੇ ਬੈਠਣ ਲਈ ਆਖਿਆ ਤੇ ਦੋਵੇਂ ਜਣੇ ਦੋਵੇਂ ਜੈਲੇ ਵੱਲ ਮੂੰਹ ਕਰਕੇ ਮੰਜੇ ਤੇ ਬੈਠ ਗਏ ਸਵੇਰ ਤੰਦਰ ਚੁੱਲ੍ਹੇ ਕੋਲ ਬੈਠੀ ਜੈਲੇ ਦੀ ਮਾਂ ਬਚਨੀ ਬੋਲੀ ਫੇ ਪੁੱਤ ਮਗਰਾ ਚਾਹ ਤਰੀਏ ਬਚਨੀ ਆਪਣੇ ਮਨ ਚ ਜੈਲੇ ਦੇ ਵਿਆਹ ਦਾ ਸੁਪਨਾ ਦੇਖ ਰਹੀ ਸੀ ਨਹੀਂ ਨਹੀਂ ਤਾਈ ਚਾਚੂ ਨਹੀਂ ਪੀਣੀ ਅਸੀਂ ਛੇਤੀ ਮੋੜਨਾ ਮੈਂ ਅੱਜ ਵਿਆਹ ਚਾ ਬਚਨੀ ਜਵਾਬ ਸੁਣ ਕੇ ਚੁੱਲ੍ਹੇ ਕੋਲ ਪਏ ਭਾਂਡੇ ਮਾਂਜਣ ਲੱਗ ਪਈ ਕੁਝ ਦੇਰ ਪਿਛੋਂ ਚੁੱਪ ਤੋੜਦਿਆਂ ਮੱਗਰ ਬੋਲਿਆ ਤਾਈ ਤੈਨੂੰ ਪਤਾ ਹੈ ਆਪਣੇ ਵੇੜੇ ਜਾਨਾ ਹੀ ਹੈ ਇਹ ਫੱਗਣ ਸਿੰਘੋਂ ਵੀ ਜਨ ਚਾਇਆ ਇਹਨੇ ਜੈਲੇ ਦੀ ਗੱਲ ਕਰਨੀ ਹੈ ਜੈਲੇ ਨੇ ਗੱਲ ਸੁਣਦਿਆਂ ਨੀਵੀ ਪਾ ਲਈ ਤੇ ਉਹਦੀ ਮਾਂ ਬਚਨੀ ਬੋਲੀ ਭਾਈ ਮੁੰਡਾ ਤੁਹਾਡੇ ਸਾਹਮਣੇ ਬੈਠਾ ਹੈ ਕੋਈ ਬੈਲ ਠੈਲ ਨਹੀਂ ਲੋਕਾਂ ਨੂੰ ਪੁੱਛ ਲੋ ਘਰ-ਬਾਰ ਤੁਸੀਂ ਦੇਖ ਹੀ ਲਿਆ ਇਹ ਗੱਲ ਸੁਣ ਕੇ ਜਵਾਬ ਚ ਫੱਗਣ ਸਿੰਘ ਬਰਾਤੀ ਜਿਹੜਾ ਜੈਲੇ ਨੂੰ ਸਾਥ ਕਰਨਾ ਚਾਹੁੰਦਾ ਸੀ ਬੋਲਿਆ ਮੁੰਡਾ ਮੈਂ ਦੇਖ ਲਿਆ ਚੰਗੂ ਕਰ ਹੁਣ ਦੇਸੀ ਗਿਆ ਇੱਕ ਗੱਲ ਹੋਰ ਹੈ ਤੁਹਾਡੇ ਕੋਈ ਹੋਰ ਝਾਕਤਾ ਨਹੀਂ ਮੈਂ ਗਰੀਬ ਜਹਾ ਬੰਦਾ ਇਹ ਕਹਿ ਕੇ ਫੱਗਣ ਨੇ ਆਪਣੀ ਗਰੀਬੀ ਜ਼ਾਹਰ ਕਰਦੇ ਆਂ ਜੈਲੇ ਤੇ ਉਹਦੀ ਮਾਂ ਵੱਲ ਵੇਖਿਆ ਅੱਗੋ ਬਚਨੀ ਬੋਲੀ ਨਹੀਂ ਭਾਈ ਜੀ ਨਹੀਂ ਅਸੀਂ ਤਾਂ ਜੇ ਕਹਿੰਨੇ ਕੁੜੀ ਦੇ ਤਿੰਨੇ ਕੱਪੜੇ ਪਾ ਕੇ ਲਿਆਉਣ ਨੂੰ ਤਿਆਰ ਆ ਕਿਉਂਕਿ ਬਚਨੀ ਜੈਲੇ ਦੇ ਸੁਭਾਅ ਤੇ ਉਮਰ ਵੱਲ ਵੇਖ-ਵੇਖ ਡਰ ਰਹੀ ਸੀ ਉਹ ਚਾਹੁੰਦੀ ਸੀ ਜਿੰਨਾ ਛੇਤੀ ਹੋ ਸਕੇ ਜੈਲੇ ਦਾ ਧੋਪਾ ਭਰਿਆ ਜਾਵੇ ਹੁਣ ਬਚਨੀ ਦੀ ਗੱਲ ਸੁਣ ਕੇ ਫਗਣ ਸਿੰਘ ਉਹ ਬਰਾਤੀ ਦਾ ਦਿਲ ਖੁਸ਼ ਹੋ ਗਿਆ ਕਿਉਂਕਿ ਜਿਵੇਂ ਉਹ ਚਾਹੁੰਦਾ ਸੀ ਗੱਲ ਬਣ ਗਈ ਫਗਣ ਸਿੰਘ ਬਰਾਤੀ ਮੱਗਰ ਸਿੰਘ ਵੱਲ ਵੇਖ ਕੇ ਬੋਲੇ ਆਪਾਂ ਮੁੰਡੇ ਨੂੰ ਵੀ ਪੁੱਛ ਲਈਏ ਆਹੋ ਮੱਗਰ ਸਿੰਘ ਨੇ ਜਵਾਬ ਚ ਕਿਹਾ ਕਿਉਂ ਵੀ ਜਵਾਨਾ ਤੈਨੂੰ ਕਿਵੇਂ ਲੱਗਿਆ ਠੀਕ ਆ ਸਾਡਾ ਕਿਹਾ ਫਗਣ ਸਿੰਘ ਬਰਾਤੀ ਨੇ ਜੈਲੇ ਵੱਲ ਵੇਖ ਕੇ ਕਿਹਾ ਜਿਵੇਂ ਕਹਿੰਦੇ ਹਾਂ ਠੀਕ ਆ ਜਲਾ ਨੀਵੀਂ ਪਾਈ ਬੈਠਾ ਬੋਲ ਰਿਹਾ ਸੀ ਇਸ ਨੂੰ ਕੇ ਫੱਗਣ ਸੀ ਉਹਨੇ ਫੇਰ ਬੋਲਣਾ ਸ਼ੁਰੂ ਕੀਤਾ ਹੁਣ ਤਾਂ ਮੈਨੂੰ ਥੋੜੀ ਜੀ ਕਾਲੀ ਆ ਨਾਲ ਦੇ ਥਾਈ ਚੂਢੀਕਦੇ ਹੋਣੇ ਆ ਚਲੋ ਆਪਾਂ ਗੱਲ ਮੁਕਾ ਲੈਨੇ ਆ ਤੁਹਾਡੇ ਜਨ ਦੇ ਪੰਜ ਬੰਦੇ ਜਾਣਗੇ ਕੁੜੀ ਦੇ ਤਿੰਨ ਕੱਪੜੇ ਪਾ ਕੇ ਆਨੰਦ ਕਾਰਜ ਲੈ ਆਉਣਗੇ ਜਿਹੋ ਜਾਂ ਚਾਹ ਪਾਣੀ ਮੈ ਤੋਂ ਸਰੂ ਉਹ ਕਰ ਦੂੰ ਨਾਲੇ ਹੋਰ ਗੱਲ ਆਪਣੇ ਚ ਕੋਈ ਹੋਰ ਤਾਂ ਹੈ ਨਹੀਂ ਇਹ ਮੱਗਰ ਸੀ ਉਹਨੂੰ ਆਪਾਂ ਪੁਚੋਲਾ ਮੰਨ ਲਓ ਕੱਲ ਨੂੰ ਜਨ ਵਿਦਾ ਹੋਊ ਮੱਗਰ ਸੀ ਉਹਨੂੰ ਵੀ ਆਪਣੇ ਪਿੰਡ ਲੈ ਜਾਓ ਇਕ ਕੁੜੀ ਦੇਖ ਕੇ ਤੁਹਾਨੂੰ ਆ ਕੇ ਦੱਸ ਦੂ ਕੁੜੀ ਤਾਂ ਬਥੇਰੀ ਸੋਹਣੀ ਐ ਸਾਰੇ ਕੰਮਕਾਰ ਕਰਦੀ ਐ ਜਿਵੇਂ ਸਾਡੇ ਘਰਾਂ ਚ ਹੁੰਦੇ ਨੇ ਬਸ ਸਾਨੂੰ ਤਾਂ ਕੰਮ ਵਾਲੀ ਚਾਹੀਦੀ ਐ ਬਚਨੀ ਗੱਲ ਨੂੰ ਟੋਕਦੇ ਆਂ ਬੋਲੇ ਫੱਗਣ ਸੀ ਉਹਨੇ ਗੱਲ ਜਾਰੀ ਰੱਖਦੇ ਆਂ ਕਹਿਣਾ ਸ਼ੁਰੂ ਕੀਤਾ ਅੱਜ ਬੁੱਧ ਐ ਅਗਲੇ ਬੁੱਧ ਨੂੰ ਅਸੀਂ ਚਾਰ ਬੰਦੇ ਆਵਾਂਗੇ ਰੁਪਈਆ ਧਰ ਕੇ ਪੱਕ ਠੱਕ ਕਰ ਜਾਾਂਗੇ ਨਾਲੇ ਜਿਵੇਂ ਤੁਹਾਨੂੰ ਠੀਕ ਲੱਗੂ ਵਿਆਹ ਵਾਲਾ ਮਹੀਨਾ ਦੇਖ ਲਾਂਗੇ ਹੁਣ ਤੁਸੀਂ ਦੇਖ ਲਓ ਜਿਵੇਂ ਤੁਹਾਨੂੰ ਠੀਕ ਆ ਇਹ ਕਿਆਕੇ ਫਗਣ ਸਿਓ ਬਰਾਤੀ ਜੈਲੀ ਤੇ ਉਹਦੀ ਮਾਂ ਬਚਨੀ ਵੱਲ ਵੇਖਣ ਲੱਗ ਪਿਆ ਹੁਣ ਬਚਨੀ ਬੋਲੀ ਨਾ ਭਾਈ ਤੂੰ ਕਿਹੜਾ ਕਮਲਾ ਹੈ ਜਿਵੇਂ ਕਹਿਣਾ ਸਾਨੂੰ ਤਾਂ ਠੀਕ ਹੀ ਠੀਕ ਹੈ ਨਾਲੇ ਧੀਆ ਪੁੱਤਾਂ ਵਾਲਾ ਕੋਈ ਬੁਰਾ ਕਰਦਾ ਕਹਿ ਕੇ ਚੁੱਪ ਹੋ ਗਈ ਅੱਗੋ ਫਗਣ ਸਿਓ ਬੋਲਿਆ ਹਾਂ ਸੱਚ ਮੇਰੇ ਤਾਂ ਇਕੱਲੀ ਕੁੜੀ ਕੁੜੀ ਹੈ ਮੈਂ ਦੱਸਣਾ ਭੁੱਲ ਗਿਆ ਕੋਲ ਬੈਠੇ ਮੱਗਰ ਸਿਓ ਨੇ ਗੱਲ ਸੋਚ ਲਈ ਤੇ ਬੋਲਿਆ ਇੱਧਰ ਕੱਲਾ ਮੁੰਡਾ ਮੁੰਡਾ ਹੈ ਭੱਲੜਾ ਬਰਾਬਰ ਹੈ ਪਾਦਾ ਨਾ ਪੁੱਛੋ ਹੁਣ ਇਹ ਸੁਣ ਕੇ ਸਾਰਿਆਂ ਦੇ ਮੂੰਹ ਤੇ ਰੌਣਕ ਨਜ਼ਰ ਆ ਰਹੀ ਸੀ ਫਗਣ ਸਿੰਘ ਬਰਾਤੀ ਮੰਜੇ ਤੋਂ ਉੱਠ ਕੇ ਖੜਾ ਹੋਇਆ ਤੇ ਬੋਲਿਆ ਚੱਲ ਉਠੋ ਹਣ ਮੱਗਰ ਸਿੰਘ ਟਾਈਮ ਬਾਲਾ ਲੱਗ ਗਿਆ ਉਹ ਸਾਰੇ ਗਾਲਾਂ ਕੱਢੀ ਜਾਂਦੇ ਹੋਣੇ ਹੁਣ ਦੋਵਾਂ ਦੀ ਘੁੱਟ ਪੀਤੀ ਵੀ ਲੈ ਚੱਲੀ ਸੀ ਤੇ ਦੋਵੇਂ ਮੂੰਹ ਅੱਡ ਅੱਡ ਕੇ ਉਵਾਸੀਆਂ ਲੈ ਰਹੇ ਸੀ ਥਾਈ 'ਚ ਜਾ ਕੇ ਹੋਰ ਹਾੜਾ ਲਾਉਣ ਲਈ ਕਾਲੇ ਪੈ ਰਹੇ ਸੀ ਚੰਗਾ ਵੀ ਸੱਸੀ ਕਲ ਚੱਲਦੇ ਹਾਂ ਹੁਣ ਇਹ ਆ ਕੇ ਫਗਣ ਸਿੰਘ ਤੇ ਮੱਗਰ ਸਿੰਘ ਵੇੜੇ ਦੀ ਧਰਮਸ਼ਾਲਾ ਵੱਲ ਗੱਲਾਂ ਕਰਦੇ ਖੁਸ਼ੀ-ਖੁਸ਼ੀ ਤੁਰੇ ਜਾ ਰਹੇ ਸੀ ਕਾਂਡ ਨੋਵਾ ਅਗਲੇ ਦਿਨ ਪਿੰਡ ਦੇ ਹਰੀਜਨ ਵੇੜੇ ਆਈ ਬਰਾਤ ਵਾਪਸ ਵਿਦਾ ਹੋ ਚੁੱਕੀ ਸੀ ਤੇ ਮੱਗਰ ਸਿੰਘ ਨੇ ਕੀਤੇ ਵਾਅਦੇ ਅਨੁਸਾਰ ਫਗਣ ਸਿੰਘ ਬਰਾਤੀ ਦੇ ਨਾਲ ਜਾਣ ਦੀ ਤਿਆਰੀ ਕਰ ਲਈ ਸੀ ਕਿਉਂਕਿ ਬਿਨਾਂ ਕਿਸੇ ਮਿਹਨਤ ਦੇ ਵਿਚੋਲਾ ਬਣ ਚੁੱਕਾ ਸੀ ਤੇ ਵਿਚੋਲਗੀ ਚ ਮਿਲਣ ਵਾਲੇ ਕੱਪੜੇ ਲੀੜੇ दारू ਸਿੱਕਾ ਬਾਰੇ ਸੋਚ ਕੇ ਖੁਸ਼ ਹੋ ਰਿਹਾ ਸੀ ਦੁਪਹਿਰੋਂ ਬਾਅਦ ਪਿੰਡ ਦੇ ਸਟੇਸ਼ਨ ਤੋਂ ਰੇਲ ਗੱਡੀ ਰਾਈ ਡੱਬੇ 'ਚ ਬੈਠੇ ਗੱਲਾਂ ਕਰਦੇ ਜਾ ਰਹੇ ਸੀ ਗੱਡੀ ਧੂਰੀ ਜੰਕਸ਼ਨ ਤੇ ਰੁਕੀ ਦੋਵੇਂ ਹੇਠਾਂ ਪਲੇਟਫਾਰਮ ਤੇ ਉਤਰੇ ਤੇ ਜਾਖਲ ਵਾਲੀ ਗੱਡੀ ਚੜ੍ਹਨ ਲਈ ਚਾਰ ਨੰਬਰ ਪਲੇਟਫਾਰਮ ਤੇ ਪੁਲ ਪਾਰ ਕਰਕੇ ਪਹੁੰਚ ਗਏ ਦੋਵਾਂ ਨੇ ਲਹਿਰਾ ਗਾਗਾ ਸਟੇਸ਼ਨ ਤੇ ਉਤਰਨਾ ਸੀ ਥੋੜੀ ਦੇਰ ਬਾਅਦ ਛੁਕ ਛੁਕ ਕਰਦੀ ਧੂਆ ਕਰਦੀ ਚਿੱਕਾ ਮਰਦੀ ਰੇਲ ਗੱਡੀ ਪਲੇਟਫਾਰਮ ਤੇ ਆ ਕੇ ਰੁਕ ਗਈ ਇੰਜਨ ਗੱਡੀ ਨਾਲੋਂ ਕੱਟ ਕੇ ਪਾਣੀ ਲੈਣ ਚਲਾ ਗਿਆ ਸਵਾਰੀਆਂ ਉਤਰੀਆਂ ਤੇ ਫੱਗਣ ਸਿਓ ਤੇ ਮੱਗਰ ਸਿਓ ਦੋਵੇਂ ਰੇਲ ਗੱਡੀ ਦੇ ਡੱਬੇ 'ਚ ਝੜ ਕੇ ਬੈਠ ਗਏ ਥੋੜੀ ਦੇਰ ਬਾਅਦ ਇੰਜਨ ਵਾਪਸ ਗੱਡੀ ਨਾਲ ਜੋੜਿਆ ਗਿਆ ਸਿਗਨਲ ਥੱਲੇ ਡਿੱਗਿਆ ਇੰਜਨ ਨੇ ਚੀਕ ਮਾਰੀ ਗੱਡੀ ਦੇ ਗਾਰਡ ਨੇ ਜ਼ੋਰ ਦੀ ਸਿਟੀ ਮਾਰੀ ਤੇ ਹਰੀ ਝੰਡੀ ਹਲਾਈ ਇੰਜਨ ਨੇ ਸੂਦੀ ਆਵਾਜ਼ ਗੱਡੀ ਤੇ ਧੱਕਾ ਮਾਰ ਕੇ ਗੱਡੀ ਸਟੇਸ਼ਨ ਤੋਂ ਹੌਲੀ-ਹੌਲੀ ਤੁਰਨ ਲੱਗੀ ਥੋੜੀ ਦੇਰ ਬਾਅਦ ਛਕਛਕ ਕਰਦੀ ਤੂੰਆਂ ਕਰਦੀ ਤੇਜ਼ ਭੱਜਦੀ ਪਿੰਡਾਂ ਤੇ ਸ਼ਹਿਰਾਂ ਨੂੰ ਪਿੱਛੇ ਛੱਡਦੀ ਆਪਣੀ ਰਫ਼ਤਾਰ ਨਾਲ ਸਟੇਸ਼ਨ ਦਰ ਸਟੇਸ਼ਨ ਭੱਜੀ ਜਾ ਰਹੀ ਸੀ ਪੱਛਮ ਵੱਲ ਖੇਤਾਂ 'ਚ ਸੂਰਜ ਡੁੱਬਣ ਦੀ ਤਿਆਰੀ ਕਰੀ ਜਾ ਰਹੀ ਸੀ। ਸੂਰਜ ਦੀ ਲਾਲੀ ਅਸਮਾਨ ਵੱਲ ਆਪਣੇ ਪੈਰ ਪਸਾਰਦੀ ਨਜ਼ਰ ਆ ਰਹੀ ਸੀ। ਜਾਨਵਰ, ਪੰਛੀ ਦਿਨ ਭਰ ਦੀ ਚੋਗ-ਚੁਗਣ ਤੋਂ ਬਾਅਦ ਆਪਣੇ ਆਲਣਿਆਂ ਵੱਲ ਉੱਡੇ ਜਾ ਰਹੇ ਸੀ। ਹਾਲੀ ਪਾਲੀ ਹੋਰ ਕਮਾ ਧੰਧਿਆਂ ਵਾਲੇ ਲੋਕੀ ਵੀ ਵਾਪਸ ਘਰਾਂ ਵੱਲ ਰਾਹਾਂ 'ਚ ਤੁਰੇ ਜਾ ਰਹੇ ਸਨ। ਕਿਤੇ ਪੇਡਾਂ 'ਚ ਬੱਕਰੀਆਂ ਦੇ ਜੜ ਕਿਤੇ گاਵਾ ਮੱਝਾਂ ਦੇ ਬੱਗ ਬੱਗ ਮਤਲਬ ਝੁੰਡ ਕੱਚੇ ਰਾਹਾਂ 'ਚ ਧੂੜ ਉਡਾਉਂਦੇ ਜਾ ਰਹੇ ਸੀ। ਮਿੱਟੀ ਦੀ ਧੂੜ ਇੰਜ ਉੱਡ ਰਹੀ ਸੀ ਜਿਵੇਂ ਕੋਈ ਨੇਰੀ ਚੜੀ ਆ ਰਹੀ ਹੋਵੇ ਸੁਨਾਮ ਸ਼ਹਿਰ ਨੂੰ ਲੰਘ ਕੇ ਅੱਗੇ ਜਾ ਕੇ ਗੱਡੀ ਲਹਿਰਾ ਗਾਗਾ ਦੇ ਸਟੇਸ਼ਨ ਤੇ ਰੁਕੀ ਫਗਣ ਸਿੰਘ ਤੇ ਮੱਗਰ ਸਿੰਘ ਦੋਵੇਂ ਹੱਥਾਂ 'ਚ ਆਪਣਾ ਆਪਣਾ ਕੱਪੜੇ ਦਾ ਝੋਲਾ ਫੜੀ ਰੇਲ ਗੱਡੀ ਦੇ ਡੱਬੇ 'ਚੋਂ ਹੇਠਾਂ ਉਤਰੇ ਛਿੱਪ ਦੇ ਪਾਸੇ ਵੱਲ ਦੋ ਕੁ ਮੀਲ ਦੀ ਬਿਤ ਤੇ ਪਿੰਡ ਗੰਡੂਆ ਜਿਹੜਾ ਬਾਂਗਰ ਦੇ ਇਲਾਕੇ 'ਚ ਪੈਂਦਾ ਸੀ ਕਾਲੀ ਕਾਲੀ ਤੁਰੇ ਜਾ ਰਹੇ ਸਨ ਪਿੰਡ ਦਾ ਰਾਂ ਕੱਚਾ ਤੇ ਰੇਤੇ ਵਾਲਾ ਹੋਣ ਕਰਕੇ ਦੋਵਾਂ ਨੇ ਆਪਣੀ ਆਪਣੀ ਜੁੱਤੀ ਲਾ ਕੇ ਹੱਥਾਂ 'ਚ ਫੜ ਲਈ ਸੀ। ਮੂੰਹ ਹਨੇਰਾ ਹੁੰਦਿਆਂ ਹੀ ਫਗਣ ਸਿੰਘ ਨੇ ਘਰ ਦਾ ਬੂਆ ਖੜਕਾਇਆ ਤੇ ਅੰਦਰੋਂ ਦੀ ਘਰ ਵਾਲੀ ਨੇ ਬੂਆ ਖੋਲਿਆ। ਘਰ ਵਾਲੀ ਫਗਣ ਸਿੰਘ ਨਾਲ ਉਪਰ ਆਦਮੀ ਵੇਖੇ। ਉਹਨੇ ਗਰਮੀ ਹੋਣ ਕਰਕੇ ਘਰ ਦੇ ਵਿਹੜੇ 'ਚ ਇੱਕ ਖੁੰਝੇ ਮੰਜਾ ਢਾਹ ਦਿੱਤਾ। ਫਗਣ ਸਿੰਘ ਨੇ ਮੱਗਰ ਸਿੰਘ ਨੂੰ ਮੰਜੇ ਤੇ ਬੈਠਣ ਲਈ ਆਖਿਆ ਤੇ ਆਪ ਵੀ ਉਸ ਕੋਲ ਬੈਠ ਗਿਆ। ਫਗਣ ਸਿੰਘ ਆਪਣੀ ਘਰ ਵਾਲੀ ਨੂੰ ਬੋਲਿਆ ਚਾਹ ਤੂੰ ਰਹਿਣ ਦਿਓ ਕਵੇਲਾ ਜਾਂ ਰੋਟੀ ਟੁੱਕ ਦਾ ਕਰ ਲਓ ਘਰ ਦੇ ਵਿਹੜੇ ਇੱਕ ਖੁੰਝੇ ਚ ਕੱਚਾ ਓਟਾ ਕੱਢ ਕੇ ਅੰਦਰ ਚੁੱਲਾ ਚੌਂਕਾ ਬਣਿਆ ਹੋਇਆ ਸੀ ਓਟੇ ਚ ਦੋ ਤਿੰਨ ਮੁਗਗੇ ਰੱਖੇ ਸੀ ਜਿਸ ਚ ਚੁੱਲ੍ਹੇ ਚ ਮੱਚ ਰਹੀ ਅੱਗ ਦੇ ਚਾਨਣ ਚ ਉਹਦੀ ਘਰ ਵਾਲੀ ਤੇ ਕੁੜੀ ਗਲਾਬੋ ਨਜ਼ਰ ਆ ਰਹੀ ਸੀ ਫਗਣ ਸਿੰਘ ਦੀ ਘਰ ਵਾਲੀ ਨੇ ਮਿੱਟੀ ਦੇ ਘੜੇ ਚ ਲੋਹੇ ਦੀ ਛੋਟੀ ਜੀ ਬਾਲਟੀ ਪਾਣੀ ਦੀ ਭਰ ਕੇ ਵਿਹੜੇ ਚ ਥੋੜੀਆਂ ਜੀਆਂ ਪੱਕੀਆਂ ਇੱਟਾਂ ਰੱਖ ਕੇ ਬਣੇ ਫਰਸ਼ ਕੋਲ ਰੱਖ ਕੇ ਵਾਪਸ ਚੁੱਲ੍ਹੇ ਕੋਲ ਆ ਗਈ ਉਟੇ ਤੇ ਮਿੱਟੀ ਦੇ ਤੇਲ ਦਾ ਦੀਵਾ ਮਚਰਿਆ ਸੀ ਜਿਹਦੇ ਮੱਧਮ ਚਾਨਣ ਜਿਹਦਾ ਮੱਧਮ ਚਾਨਣ ਸਾਰੇ ਪਾਸੇ ਖਿਲਰੀ ਜਾ ਰਿਹਾ ਸੀ ਲੈ ਵੀ ਮੱਗਰ ਸਿਆਂ ਹੱਥ ਪੈਰ ਧੋ ਲੈ ਫਿਰ ਮੈਂ ਤੁਹਾਨੂੰ ਆ ਨਾ ਮੰਗੇ ਟੜਕੇ ਖੂਹ ਤੇ ਬਾਹਰ ਚੱਲ ਕੇ ਦੋਵਾਂ ਨੇ ਵਾਰੀ ਵਾਰੀ ਹੱਥ ਪੈਰ ਧੋਤੇ ਮੱਗਰ ਸਿੰਘ ਨੇ ਮੱਗਰ ਸਿੰਘ ਮੰਜੇ ਤੇ ਬੈਠ ਗਿਆ ਤੇ ਚੁੱਲ੍ਹੇ ਵੱਲ ਵੇਖੀ ਜਾ ਰਿਹਾ ਸੀ ਨੇਰੇ ਚ ਆਪਣੇ ਭੁਲੇਖੇ ਨੂੰ ਦੂਰ ਕਰਨ ਦਾ ਯਤਨ ਕਰ ਰਿਹਾ ਸੀ ਚੰਗਾ ਮੱਗਰ ਸਿਆਂ ਤੂੰ ਬੈਠ ਮੈਂ ਕੰਮ ਜਾ ਕੇ ਆਇਆ ਫਗਣ ਸਿੰਘ ਨੇ ਉਸ ਵੱਲ ਵੇਖ ਕੇ ਕਿਹਾ ਤੇ ਹੱਥ 'ਚ ਪਿੱਤਲ ਦੀ ਛੋਟੀ ਜੀ ਗੜਵੀ ਲੈ ਕੇ ਘਰੋਂ ਪਿੰਡ 'ਚ ਆਪਣੇ ਸਿਰੀ ਜ਼ਿਮੀਂਦਾਰ ਦੇ ਘਰ ਜਾ ਪੁੱਜਿਆ ਕਿਉਂਕਿ ਪਿੰਡ 'ਚ ਸ਼ਰਾਬ ਦਾ ਠੇਕਾ ਨਹੀਂ ਸੀ ਫਗਣ ਸਿੰਘ ਨੇ ਜ਼ਿਮੀਂਦਾਰ ਨੂੰ ਸਾਰੀ ਕਹਾਣੀ ਦੱਸੀ ਤੇ ਗੜਵੀ 'ਚ ਘਰ ਦੀ ਰੂੜੀ ਮਾਰ ਕੇ दारू ਲੈ ਕੇ ਵਾਪਸ ਖੁਸ਼ੀ-ਖੁਸ਼ੀ ਘਰ ਆ ਗਿਆ ਅੰਦਰ ਵੜਦੇ ਆ ਮੱਗਰ ਸਿੰਘ ਨੂੰ ਬੋਲਿਆ ਲੈ ਵੀ ਮਿੱਤਰਾ ਕੰਮ ਤਾਂ ਬਣ ਗਿਆ ਗੱਲ ਸੁਣਦਿਆਂ ਮੱਗਰ ਸਿੰਘ ਦੀਆਂ ਬਾਛਾਂ ਖਿੜ ਗਈਆਂ ਜਿਹੜਾ ਪਹਿਲਾਂ ਹੀ दारू ਦਾ ਅੰਦਾਜ਼ਾ ਲਾਈ ਬੈਠਾ ਸੀ ਫਗਣ ਸਿੰਘ ਨੇ दारू ਵਾਲੀ ਗੜਵੀ ਮੰਜੇ ਕੋਲ ਰੱਖੀ ਤੇ ਚੁੱਲ੍ਹੇ ਕੋਲ ਪਿੱਤਲ ਦਾ ਡੋਲੂ ਘੜੇ ਚ ਪਾਣੀ ਦਾ ਭਰ ਕੇ ਇੱਕ ਪਿੱਤਲ ਦਾ ਗਲਾਸ ਲੈ ਕੇ ਵਾਪਸ ਮੰਜੇ ਤੇ ਆ ਬੈਠਾ ਹੁਣ ਦੋਵੇਂ ਮੰਜੇ ਤੇ ਪੈਰ ਰੱਖੀ ਇੱਕ ਦੂਜੇ ਵੱਲ ਮੂੰਹ ਕਰੀ ਬੈਠੇ ਸੀ ਫਗਣ ਨੇ दारू ਵਾਲੀ ਗੜਵੀ ਚੁੱਕ ਕੇ ਗਲਾਸ ਚ ਪਾਣੀ ਸ਼ੁਰੂ ਕੀਤੀ ਤਾਂ ਮੱਗਰ ਸਿੰਘ ਬੋਲਿਆ ਬੋਚ ਕੇ ਪਾਇਂ ਗਲਾਸ ਅੰਨਾ ਨਾਲੇ ਸ਼ਾਲੀ ਕਰਦੀ ਆ ਅੱਗੋਂ ਫਗਣ ਸਿੰਘ ਬੋਲਿਆ ਫਿਕਰ ਨਾ ਕਰ ਤੂੰ ਘੜਤ ਜਵਾਕ ਐ ਉਹ ਇਹ ਤਾਂ ਹੱਥੀ ਸਿਰਦੂ ਕਿਹੜਾ ਹਜੇ ਪੀ ਕੇ ਦੇਖੀ ਹੈ ਮੱਗਰ ਨੇ ਜਵਾਬ ਦਿੱਤਾ ਚਲ ਇੱਕ ਹਾੜਾ ਤਾਂ ਸਿੱਟ ਅੰਦਰ ਗੱਲ ਕਰਨ ਜੋਗੇ ਹੋ ਜਾਗੇ ਫੱਗਣੇ ਗਿਆ ਗਲਾਸ ਮੱਗਰ ਦੇ ਹੱਥ ਚ ਫੜਾ ਕੇ ਬੋਲਿਆ ਪਾਣੀ ਹੈ ਜੇ ਆਪੇ ਪਾਲਾ ਜਨਾ ਤੈਨੂੰ ਮੱਗਰ ਨੇ ਗਲਾਸ ਫੜ ਕੇ ਪਾਣੀ ਪਾਇਆ ਤੇ ਅੱਖਾਂ ਮੀਟ ਕੇ ਮੂੰਹ ਨੂੰ ਲਾਇਆ ਖਾਲੀ ਕਰਕੇ ਬੋਲਿਆ ਚੀਜ਼ ਤਾਂ ਚੰਗੀ ਲੱਗਦੀ ਹੈ ਅੱਗੋ ਫੱਗਣ ਬੋਲਿਆ ਫਿਕਰ ਨਾ ਕਰ ਆਪਣੇ ਸੀਰੀਆਂ ਦੇ ਘਰੋਂ ਲਿਆਂਦੀ ਹੈ ਤੇ ਗਲਾਸ ਫੜਿਆ दारू ਪਾਈ ਪਾਣੀ ਪਾ ਕੇ ਧੁਰ-ਧੁਰੀਆਂ ਦੀਆਂ ਲੈਂਦਾ ਪੀ ਗਿਆ ਤੇ ਗਲਾਸ ਤੇ ਗੜਵੀ ਮੰਜੇ ਤੋਂ ਠੇਠਾ ਰੱਖਤੀ ਫਿਰ ਉਹਨੇ ਯਾਦ ਕਰਕੇ ਆਪਣੀ ਧੀ ਨੂੰ ਆਵਾਜ਼ ਮਾਰੀ ਤੇ ਬੋਲਿਆ ਭਾਈ ਕੁੜੀਏ ਹੇਥੋਂ ਚਾਰ ਤੇ ਗੰਡਾ ਦੇ ਕੇ ਜਾਇ ਲਿਆਈ ਬਾਪੂ ਅੱਗੋਂ ਫੱਗਣ ਦੀ ਧੀ ਗੁਲਾਬ ਨੇ ਉੱਤਰ ਦਿੱਤਾ ਹੁਣ ਦੋਵਾਂ ਨੂੰ ਚੰਗਾ ਸਰੂਰ ਹੋ ਚੁੱਕਾ ਸੀ ਸ਼ਰਾਬ ਰੂੜੀ ਮਾਰਕਾ ਹੋਣ ਕਰਕੇ ਤੇਜ਼ ਸੀ ਗੁਲਾਬੋ ਨੇ ਕੋਲੀ 'ਚ ਇੱਕ ਗੰਡਾ ਚੀਰ ਕੇ ਰੱਖ ਦਿੱਤਾ ਤੇ ਇੱਕ ਪਾਸੇ ਅੰਬ ਦਾ ਆਚਾਰ ਰੱਖ ਕੇ ਕੋਲੀ ਨੂੰ ਉਹਨਾਂ ਦੇ ਮੰਜੇ ਤੇ ਰੱਖ ਕੇ ਵਾਪਸ ਚੁੱਲ੍ਹੇ ਕੋਲ ਚਲੀ ਗਈ ਆਪਣੀ ਮਾਂ ਕੋਲ ਹੁਣ ਦੀਵੇ ਦੇ ਮੱਧਮ ਚਾਨਣ ਚੌਂਦੀ ਜਾਂਦੀ ਗੁਲਾਬੋ ਦੀ ਤੌਰ ਤੋਂ ਗੁੰਦਵੇਂ ਸਰੀਰ ਨੂੰ ਵੇਖ ਕੇ ਮੱਗਰ ਸਿੰਘ ਦੀਆਂ ਅੱਖਾਂ ਭੰਨਤਰ ਗਈਆਂ। ਉਹਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਇਹ ਕੁੜੀ ਫੱਗਣ ਸਿੰਘ ਦੀ ਧੀ ਈ ਹੈ। ਮੱਗਰ ਸਿੰਘ ਦੇ ਦਿਮਾਗ 'ਚ ਜੈਲੇ ਬਾਰੇ ਤੇ ਇਸ ਕੁੜੀ ਗੁਲਾਬੋ ਬਾਰੇ ਸੋਚ-ਸੋਚ ਕੇ ਝੱਖੜ ਝੁੱਲੀ ਜਾ ਰਿਹਾ ਸੀ। ਮਨ 'ਚ ਸੋਚ ਕੇ ਆਖੀ ਜਾ ਰਿਹਾ ਸੀ ਕਿੱਥੇ ਰਾਜਾ ਭੋਜ ਕਿੱਥੇ ਕਾਨਾਂ ਤੇਲੀ। ਫੱਗਣ ਨੇ ਮੱਗਰਵਾਲ ਵੇਖ ਕੇ ਕਿਹਾ ਕੀ ਗੱਲ ਚੜ ਗਈ ਗੁਮ ਸਮਝਿਆ ਹੋ ਗਿਆ। ਨਹੀਂ ਨਹੀਂ ਮੈਂ ਹੋਰ ਸੋਚਦਾ ਸੀ ਕੁਛ ਮੱਗਰ ਸਿੰਘ ਨੇ ਜਵਾਬ ਦਿੱਤਾ ਲੈ ਫੜ ਭਾ ਪਾ ਘੁੱਟ ਲੱਗਦਾ ਰੋਟੀ ਵੀ ਪੱਕ ਗਈ ਦੋਵਾਂ ਨੂੰ ਕਾਫੀ ਸਰੂਰ ਹੁੰਦਾ ਜਾਂਦਾ ਸੀ ਫੱਗਣ ਮੱਗਰ ਵੱਲ ਵੇਖ ਕੇ ਬੋਲਿਆ ਲੈ ਹੁਣ ਮੱਗਰ ਸਿੰਘ ਸਾਡੀ ਡੋਰੀ ਤੇਰੇ ਹੱਥ ਹੈ ਗੱਲ ਸਿਰੇ ਲਾ ਦੇ ਦੇਖੀਂ ਕਿਤੇ ਫੱਗਣ ਨੇ ਆਪਣੇ ਮਨ ਦਾ ਡਰ ਜ਼ਾਹਰ ਕੀਤਾ ਅੱਗੋਂ ਮੱਗਰ ਸਿੰਘ ਨੇ ਕਿਹਾ ਸਾਰੀ ਪੀਤੀ ਦੀ ਲੱਸੀ ਕਰਤੀ ਤੂੰ ਤੇਲ ਦੇਖ ਤੇਲ ਦੀ ਧਾਰ ਜੇ ਤਾਂ ਪੂਣੀ ਲਾਈ ਹੈ ਮੈਂ ਤੈਨੂੰ ਫੇਰ ਕਹਿਣਾ ਮੇਰੇ ਕੋਲ ਦੇਣ ਦੋਣ ਨੂੰ ਕੁਛ ਨਹੀਂ ਫੇਰ ਰੱਖੇਗਾ ਭੱਗਣ ਨੇ ਆਪਣਾ ਡਰ ਦੂਰ ਕਰਨਾ ਚਾਹਿਆ ਤੂੰ ਕਿਉਂ ਝੂਰੀ ਜਾਨ ਜਦੋਂ ਗੱਲ ਹੋ ਗਈ ਪਹਿਲਾਂ ਫਿਰ ਮੈਂ ਬੈਠਾਂ ਦੋਵਾਂ ਦੀਆਂ ਗੱਲਾਂ ਚੁੱਲ੍ਹੇ ਮੂਰੇ ਬੈਠੀਆਂ ਗੁਲਾਬੋ ਤੇ ਉਹਦੀ ਮਾਂ ਨੂੰ ਸੁਣਾਈ ਦੇ ਰਹੀਆਂ ਸੀ ਗੁਲਾਬੋ ਦੀ ਮਾਂ ਭਾਂਪ ਗਈ ਸੀ ਕਿ ਗੁਲਾਬੋ ਦੇ ਰਿਸ਼ਤੇ ਬਾਰੇ ਗੱਲਬਾਤ ਚੱਲ ਰਹੀ ਹੈ ਹੁਣ ਦੋਵੇਂ ਜਣੀਆਂ ਇੱਕ ਦੂਸਰੀ ਵੱਲ ਵੇਖ ਕੇ ਖੁਸ਼ੀ ਦਾ ਅਹਿਸਾਸ ਕਰ ਰਹੀਆਂ ਨਜ਼ਰ ਆ ਰਹੀਆਂ ਸੀ ਲਿਆ ਪਾ ਹੁਣ ਘੁੱਟ ਘੁੱਟ ਪੀਤੀ ਲਾਤੀ ਮਗਰ ਨੇ ਕਿਹਾ ਹੁਣ ਅੱਗੋ ਫੱਗਣ ਬੋਲਿਆ ਤੂੰ ਮਗਰ ਸਿਆ ਘਾਬਰ ਨਾ ਜਾਈ ਐਵੇਂ ਮੈਥੋਂ ਪੀਤੀ ਚ ਨਿਕਲ ਗਈ ਗੱਲ ਦੋਵਾਂ ਨੇ ਗਲਾਸ ਚ ਵਾਰੀ ਵਾਰੀ दारू ਪਾ ਕੇ ਹਾੜਾ ਲਾਇਆ ਹੁਣ ਦੋਵੇਂ ਨਸ਼ੇ ਦੇ ਲੋਰ ਚ ਝੂਮਣ ਲੱਗੇ ਗੱਲਬਾਤ ਕਰਨੀ ਮੁਸ਼ਕਲ ਹੋ ਗਈ ਫੱਗਣ ਨੇ ਮਗਰ ਨੂੰ ਪੁੱਛਿਆ ਹੋਰ ਲਾਉਣੀ ਆ ਕਿ ਰੋਟੀ ਖਾਈਏ ਮਗਰ ਨਸ਼ੇ ਚ ਝੂਲਦਾ ਬੋਲਿਆ ਬਸ ਕਰ ਹੁਣ ਪਤੰਦਰਾ ਤੜਕੇ ਫੇਰ ਦੇਖ ਲੈ ਰੋਟੀ ਝੁਲਸੀ ਐ ਹੁਣ ਉਹ ਤੋਂ ਪੂਰਾ ਬੋਲਿਆ ਨਾ ਜਾ ਸਕਿਆ ਇਹ ਸੁਣ ਕੇ ਫੱਗਣ ਦੀ ਘਰ ਵਾਲੀ ਨੇ ਦੋ ਥਾਲੀਆਂ 'ਚ ਰੋਟੀ ਪਾ ਕੇ ਉਹਨਾਂ ਅੱਗੇ ਲਿਆ ਕੇ ਰੱਖ ਦਿੱਤੀ। ਹੁਣ ਦੋਵੇਂ ਝੁਕੀ ਜਾ ਰਹੇ ਸੀ ਤੇ ਔਖੇ ਸੌਖੇ ਰੋਟੀ ਖਾ ਜਾਈ ਜਾ ਰਹੇ ਸੀ। ਰੋਟੀ ਖਾਣ ਤੋਂ ਬਾਅਦ ਫੱਗਣ ਤੇ ਮੱਗਰ ਦੋਵੇਂ ਜਣੇ ਲੱਕੜ ਦੀ ਪੌੜੀ ਰਹੀਂ ਕੋਠੇ ਤੇ ਚੜ੍ਹ ਕੇ ਮੰਜਿਆਂ ਤੇ ਲੇਟ ਗਏ ਤੇ ਨਸ਼ੇ ਦੇ ਲੋਰ ਵਿੱਚ ਝੂਕ ਸੌਂ ਗਏ। ਧੰਨ